ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਦੀ ਮੈਂ ਅੱਜ ਗੱਲ ਕਰ ਰਿਹਾ ਉਹ ਅੱਜ ਦੇ ਨਹੀਂ ਹੈਗੇ ਉਹਨਾਂ ਨੂੰ ਕਈ ਸਦੀਆਂ ਬੀਤ ਗਈਆਂ ਅੱਜ ਨੌ ਤਾਂ ਲਿਆ ਜਾ ਰਿਹਾ ਕਿ ਉਹਨਾਂ ਨੇ ਕੁਛ ਕੀਤਾ ਸੀ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੇ ਸਿੱਖਾਂ ਦਾ ਰਾਜ ਸਥਾਪਿਤ ਕੀਤਾ ਗਦਰੀ ਲਹਿਰ ਗਦਰੀ ਬਾਬੇ ਸਾਡੇ ਕੈਨੇਡਾ ਤੋਂ ਬੰਦੇ ਆਪਦੇ ਘਰ ਬਾਰ ਛੱਡ ਕੇ ਪੰਜਾਬ 'ਚ ਆ ਗਏ ਸੀ ਲੜਨ ਵਾਸਤੇ ਉਹ ਬੰਦੇ ਆ ਆਪਾਂ ਜਿਹੜੇ ਖੜਦੇ ਆ ਅੜਦੇ ਆ ਲੜਦੇ ਆ ਫਿਰ ਮਰਦੇ ਵੀ ਆ ਜਿੰਨਾ ਤੁਸੀਂ ਸਿੱਖ ਧਰਮ ਦਾ ਇਤਿਹਾਸ ਪੜ੍ਹੋਗੇ ਕਿਤੇ ਵੀ ਨਹੀਂ ਤੁਹਾਨੂੰ ਮਿਲੂਗਾ ਵੀ ਬੰਦੇ ਨੇ ਆਪਦੇ ਵਾਸਤੇ ਕੁਛ ਕੀਤਾ ਆਪਣੇ ਗੁਰੂ ਤੋਂ ਲੈ ਕੇ ਆਪਣੇ ਸਿੱਖਾਂ ਤੋਂ ਲੈ ਕੇ ਆਪਣੇ ਸ਼ਹੀਦਾਂ ਤੋਂ ਲੈ ਕੇ ਜਿੰਨਾ ਸਿੱਖਾਂ ਦਾ ਇਤਿਹਾਸ ਆ ਉਹਦੇ ਵਿੱਚ ਸਿਰਫ ਆਪਾਂ ਆਪਦੇ ਆਪ ਨੂੰ ਵਾਰਿਆ ਵਾ ਇਹ ਨਵਾਂ ਇਤਿਹਾਸ ਆਪਣੇ ਅੱਜ ਦੀ ਪਨੀਰੀ ਦਾ ਵੀ ਆਪਾਂ ਆਪਦੇ ਖਾਤਰ ਆਪਦੇ ਪਰਿਵਾਰ ਦੇ ਖਾਤਰ ਆਪਦੀ ਕੌਮ ਨੂੰ ਪਿੱਠ ਦਿਖਾ ਕੇ ਆਪਾਂ ਪੈਸੇ ਇਕੱਠੇ ਕਰਨ ਦੇ ਪਿੱਛੇ ਆਪਾਂ ਡਾਲਰਾਂ ਦੇ ਪਿੱਛੇ ਅੰਨੇ ਹੋਏ ਫਿਰਦੇ ਹਾਂ ਤੁਹਾਡੇ ਮਾਂ ਪਿਓ ਤੁਹਾਨੂੰ ਸਵੇਰੇ ਲੰਗਰ ਪਾਣੀ ਛਕਾ ਕੇ ਤੁਹਾਡੇ ਸੋਹਣੇ ਕੱਪੜੇ ਧੋਤੇ ਹੋਏ ਪ੍ਰੈਸ ਕੀਤੇ ਕੱਪੜੇ ਤੁਹਾਡੇ ਪਾ ਕੇ ਤੁਹਾਡੇ ਵਾਲ ਗੁੰਦ ਕੇ ਤੁਹਾਡੇ ਜੂੜੇ ਕਰਕੇ ਦਸਤਾਰਾਂ ਸਜਾ ਕੇ ਤੁਹਾਨੂੰ ਸਕੂਲ ਵਿੱਚ ਭੇਜਦੇ ਨੇ ਇੱਕ ਦਿਨ ਨਹੀਂ ਭੇਜਦੇ ਇੱਕ ਮਹੀਨਾ ਨਹੀਂ ਭੇਜਦੇ ਜੇ ਤੁਸੀਂ 12 ਸਾਲ ਪੜ੍ਹਾਈ ਕਰਨੀ ਤਾਂ ਤੁਹਾਨੂੰ 12 ਸਾਲ ਬਾਅਦ ਤੁਹਾਡਾ ਮਾਂ ਪਿਓ ਹਰ ਰੋਜ਼ ਸਵੇਰੇ ਇਹ ਕੰਮ ਕਰਦਾ ਉਹਨਾਂ ਦੀ ਕਿੰਨੀ ਮਿਹਨਤ ਆ ਕਈ ਸਟਰਗਲ ਕਰਦੇ ਨੇ ਕਈਆਂ ਨੂੰ ਪ੍ਰੋਪਰ ਕੰਮ ਨਹੀਂ ਕਈਆਂ ਦੇ ਪੇਰੈਂਟ ਇੱਕ ਅੱਧਾ ਮਿਸਿੰਗ ਹੁੰਦਾ ਡੈਥ ਹੋ ਜਾਂਦੀ ਆ ਪਰ ਫਿਰ ਵੀ ਜਿਵੇਂ ਵੀ ਹੈਗੇ ਨੇ ਜਿਹੋ ਜਿਹੇ ਹਾਲਾਤਾਂ ਵਿੱਚ ਵੀ ਹੈਗੇ ਨੇ ਤੁਹਾਡੇ ਵਾਸਤੇ ਉਹ ਹਰ ਰੋਜ਼ ਮਿਹਨਤ ਕਰ ਰਹੇ ਨੇ ਅਤੇ ਹੁਣ ਤੁਹਾਡੇ 'ਤੇ ਬੱਚਿਓ ਤੁਸੀਂ ਤੁਹਾਡੇ ਹੱਥ ਵਿੱਚ ਹੈ ਤੁਸੀਂ ਹੁਣ ਅਗਾਂਹ ਆਪਦੇ ਮਾਂ ਪਿਓ ਦੇ ਵਾਸਤੇ ਤੁਸੀਂ ਵੀ ਅਗਾਂਹ ਰਾਸਤਾ ਪੱਧਰਾ ਕਰਨਾ ਉਹਨਾਂ ਦੀ ਜ਼ਿੰਦਗੀ ਸੌਖੀ ਤੁਸੀਂ ਕਰਨੀ ਆ ਜਿਹੜੇ ਮਾਂ ਪਿਓ ਨੇ ਤੁਹਾਨੂੰ ਵੱਡੇ ਕਰ ਰਹੇ ਨੇ ਮਿਹਨਤ ਕਰ ਰਹੇ ਤੁਹਾਡੇ 'ਤੇ ਤੁਸੀਂ ਉਹਨਾਂ ਦਾ ਜਾ ਕੇ ਤੁਸੀਂ ਉਹਨਾਂ ਦਾ ਫਿਊਚਰ ਹੋ ਅਤੇ ਤਾਂ ਹੀ ਤੁਹਾਨੂੰ ਚੰਗੇ ਸਕੂਲਾਂ 'ਚ ਉਹਨਾਂ ਨੇ ਪਾਇਆ ਹੋਇਆ ਸੋ ਆਪਣਾ ਫਿਊਚਰ ਜਿਹੜਾ ਇਹ ਤੁਸੀਂ ਪਛਾਣਨਾ ਤੁਹਾਡਾ ਰੋਲ ਕੀ ਆ ਇੱਥੇ ਅੱਜ ਕੱਲ੍ਹ ਆਪਾਂ ਰੋਲ ਆਪਣਾ ਲੱਭਣ ਲੱਗ ਗਏ ਹਾਂ ਟਿਕਟੋਕ ਇੰਸਟਾਗ੍ਰਾਮ ਯੂਟਿਊਬ ਦੇ ਉੱਪਰ ਵੀਡੀਓ ਗਾਣੇ ਸੁਣ ਸੁਣ ਕੇ ਆਪਾਂ ਆਪਣਾ ਫਿਊਚਰ ਤਲਾਸ਼ਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਉੱਥੋਂ ਕੁਛ ਨਹੀਂ ਮਿਲਣਾ ਆਪਾਂ ਨੂੰ ਉੱਥੋਂ ਸਾਰਾ ਕੁਛ ਨੁਕਸਾਨ ਹੋਣ ਵਾਲਾ ਲੱਭਣਾ ਆਪਾਂ ਨੂੰ ਉੱਥੋਂ ਆਪਣੀਆਂ ਕਦਰਾਂ ਕੀਮਤਾਂ ਦੀਆਂ ਵੈਲਿਊਜ਼ ਆਪਣੀਆਂ ਜਦ ਤੁਸੀਂ ਦੇਖਣ ਲੱਗ ਗਏ ਉਹ ਵੀਡੀਓਜ਼ ਨੂੰ ਤੁਹਾਡੀਆਂ ਕਦਰਾਂ ਕੀਮਤਾਂ ਸਾਰੀਆਂ ਖਤਮ ਹੋ ਜਾਣੀਆਂ ਤੁਹਾਡਾ ਵੈਲਿਊ ਸਿਸਟਮ ਤੁਹਾਡੇ ਐਥਿਕਸ ਆਪਣਾ ਮੋਰਲ ਪੰਜਾਬ ਦਾ ਸੱਭਿਆਚਾਰ ਤੁਸੀਂ ਦੇਖੋ ਸਾਡੇ ਵੱਲ ਅਸੀਂ ਬਾਹਰਲੇ ਮੁਲਕਾਂ 'ਚ ਬੈਠੇ ਹਾਂ ਸਾਨੂੰ ਸ਼ਰਮ ਨਹੀਂ ਆਉਂਦੀ ਬਾਣਾ ਪਾ ਕੇ ਗੁਰੂ ਦਾ ਬਾਣਾ ਪਾ ਕੇ ਅਤੇ ਲੋਕਾਂ 'ਚ ਵਿਚਰਦੇ ਹਾਂ ਉੱਥੇ ਤਾਂ ਬੰਦੇ ਵੱਖਰੇ ਵੱਖਰੇ ਨੇ ਜੇ ਬਾਹਰਲੇ ਮੁਲਕ ਜਾਂਦੇ ਹਾਂ ਅਸੀਂ ਉਹ ਬੇਗਾਨਾ ਮੁਲਕ ਆ ਨਾ ਉਹ ਕਿਹੜਾ ਪੰਜਾਬੀਆਂ ਦਾ ਪੰਜਾਬ ਨਾ ਭਰਿਆ ਹੋਇਆ ਆਪਣਾ ਨਹੀਂ ਹੈਗਾ ਨਾ ਵੱਖਰਾ ਦੇਸ਼ ਆ ਜਿੱਥੇ ਵੀ ਪੰਜਾਬ 'ਚ ਲੋਕ ਬਾਹਰ ਜਾ ਰਹੇ ਨੇ ਦੇਸ਼ਾਂ ਵਿੱਚ ਉਹ ਸਾਰੇ ਦੇਸ਼ ਕਿਸੇ ਹੋਰ ਦੇ ਨੇ ਉਹਨਾਂ ਵਾਸਤੇ ਸਿੱਖੀ ਪਹਿਰਾਵਾ ਵੱਖਰਾ ਉਹਨਾਂ ਵਾਸਤੇ ਇਹ ਇੱਕ ਵੱਖਰੀ ਚੀਜ਼ ਆ ਪਰ ਅਸੀਂ ਉਹਨਾਂ ਕੋਲ ਜਾ ਕੇ ਉਹਨਾਂ ਵਰਗੇ ਬਣਨ ਦੀ ਕੋਸ਼ਿਸ਼ ਨਹੀਂ ਕਰਦੇ ਅਸੀਂ ਆਪਣੇ ਧਰਮ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਸਾਡੇ ਬਾਪੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਬਾਣਾ ਬਖਸ਼ਿਆ ਅਸੀਂ ਸੰਭਾਲੀਏ ਇਹਨੂੰ ਸੋ ਇਸ ਕਰਕੇ ਬਹੁਤ ਇੰਪੋਰਟੈਂਟ ਆ ਤੁਸੀਂ ਦੁਨੀਆ ਵਿੱਚ ਕਿਤੇ ਵੀ ਪਹੁੰਚ ਜਾਵੋ ਜਿਹੜਾ ਤੁਹਾਡਾ ਬਾਣਾ ਜੋ ਤੁਹਾਡੀ ਸਿੱਖੀ ਆ ਆਪਦੇ ਧੁਰੇ ਨਾਲ ਜੁੜ ਕੇ ਰਹਿਣਾ ਆਪਾਂ ਤੁਸੀਂ ਬੱਚਿਆਂ ਨੇ ਆਉਣ ਵਾਲੇ ਫਿਊਚਰ ਤੁਹਾਡੇ 'ਚੋਂ ਕਈ ਬੱਚੇ ਡਾਕਟਰ ਬਣਨੇ ਆ ਕਈ ਇੰਜੀਨੀਅਰਸ ਬਣਨਗੇ ਕਈਆਂ ਨੇ ਵੱਡੇ ਵੱਡੇ ਕੰਪਨੀਆਂ ਸ਼ੁਰੂ ਕਰਨੀਆਂ ਇਹ ਪੁੱਤਰ ਤੁਹਾਨੂੰ ਆਪਦੇ ਆਪ 'ਤੇ ਵਿਸ਼ਵਾਸ ਕਰਨਾ ਪੈਣਾ ਤੁਹਾਨੂੰ ਆਪਦੇ ਆਪ ਦੇ ਉੱਪਰ ਭਰੋਸਾ ਕਰਨਾ ਪੈਣਾ ਰੱਖਣਾ ਪੈਣਾ ਵੀ ਨਹੀਂ ਮੈਂ ਕਰਨਾ ਮੈਂ ਚੇਂਜ ਲੈ ਕੇ ਆਉਣੀ ਆ ਜੋ ਤੁਸੀਂ ਤੁਹਾਡੇ ਆਸੇ ਪਾਸੇ ਪ੍ਰੋਬਲਮਸ ਦੇਖ ਰਹੇ ਹੋ ਨਾ ਪ੍ਰੋਬਲਮਾਂ ਦੇਖ ਰਹੇ ਹਾਂ ਆਪਾਂ ਸੁਣ ਰਹੇ ਹਾਂ ਟੀਵੀ ਦੇ ਉੱਪਰ ਜਾਂ ਤੁਸੀਂ ਫੇਸਬੁੱਕ 'ਤੇ ਦੇਖੀਆਂ ਹੋਣੀਆਂ ਪ੍ਰੋਬਲਮਸ ਵੀ ਪੰਜਾਬ ਦਾ ਪਾਣੀ ਥੱਲੇ ਚਲਿਆ ਗਿਆ ਐਜੂਕੇਸ਼ਨ ਸਿਸਟਮ 'ਚ ਗਿਰਾਵਟ ਆ ਰਹੀ ਆ ਜੋ ਵੀ ਤੁਸੀਂ ਖਬਰਾਂ ਪੜ੍ਹਦੇ ਹੋ ਤੁਹਾਡੇ ਆਸੇ ਪਾਸੇ ਆਂਢ ਗੁਆਂਢ ਦੀਆਂ ਤੁਹਾਡੇ ਪਿੰਡ ਦੀਆਂ ਤੁਹਾਡੇ ਕੌਮ ਦੀਆਂ ਉਹ ਪ੍ਰੋਬਲਮਾਂ ਪੁੱਤਰ ਆਪਾਂ ਹੀ ਠੀਕ ਕਰਨੀਆਂ ਨੇ ਇਹ ਮਤਾਂ ਜਾਣੀਆਂ ਕੋਈ ਬੰਦਾ ਬਾਹਰੋਂ ਆ ਕੋਈ ਸਪੈਸ਼ਲ ਬੰਦਾ ਆਊਗਾ ਅਤੇ ਆਪਣੀਆਂ ਇਹ ਪ੍ਰੋਬਲਮਸ ਇਸ਼ੂਜ਼ ਹੈਗੇ ਆ ਉਹ ਟੈਕਲ ਕਰੂਗਾ ਇਹ ਆਪਣੇ ਇਕੱਲੇ ਇਕੱਲੇ ਦੀ ਰਿਸਪੋਂਸੀਬਿਲਟੀ ਆ
अपना आंढ गव अपने आप नूं पहलां सुधारना, फिर अपने आंढ गवांढ नूं संभालना, फिर अपने पिंड नूं संभालना, अपने जिहड़ा शहर नूं संभालना, फिर अपनी कौम नूं संभालना। जे आपां सारे सैल्फिश हो जाइए कि आपां आपदे बारे सोचना, फिर आपां सिख नहीं खा सकते आपदे आप नूं। सिख वो नहीं हैगा जिहड़ा कहिंदा गुरद्वारा साहिब जाके मत्था टेक लिया ते ऑन द सैकिंड हैंड एक पासे का मत्था टेक लिया गुरु घर जाके, है ना, एक पासे आपां दस्तार भी रख ली, पर दूजे पासे आपां जो गुरु साहब के सिद्धांत ने भी आप हर एक की मदद करनी आ। तो जो अपना सिखां की हिस्टरी देखो तुसी, सिखां की हिस्टरी सिख स्कूल हैगा अपना, ये तुसी जानते हो कि सिखां का इतिहास एवरी 20-30 साल बाद सिखां की कोई ना कोई मूवमेंट चली आ। चाहे तुसी गुरु गोबिंद सिंह के समय तो ला लो, वो सिखां का देण देखो किड्डा वड्डा देण आ, बाबा बोता सिंह ते बाबा गरजा सिंह, उस समय मुगल कहिंदे वी असीं सारे सिख मार दिते, पर आ दो सूरमे कहिंदे इन्हां नूं पता लग्गिया जंगलां विच बैठे सी बाबा बोता सिंह ते गरजा सिंह, इन्हां ने गल सुनी ते लोग गल करदे सी कोई दी लंघे आंदे कहिंदे वी सिख तां सारे मर गए, पता नहीं कित्थे रह गए, जंगलां च लग गए, की करदे ने। उन्हां ने सोचिया वी नहीं यार इह तां सानूं मर गए समझण लग गए, असीं दसदे आ इन्हां नूं, असीं दिखाउंदे आ इन्हां नूं। उन्होंने जाके सड़क के उपर जाके टोल लाता, टोल वसूलन लग गए बाबा बोता सिंह ते गरजा सिंह। उस समय में भी नंगे हाँ आपां, वह एग्जैम्पल बाबा बोता सिंह ते गरजा सिंह की मैं अज गल कर रहा, वो अज दे नहीं हैगे, उन्होंने कई सदियां बीत गई, अज नौ तां लिया जा रहा कि उन्होंने कुछ किया। महाराजा रणजीत सिंह उन्होंने सिखां दा राज स्थापित किया, अपना अपनी कौम का बड़ा तकड़ा इतिहास आ। आपदे आप कमजोर नहीं समझना कदे भी, आपां अजकल फेसबुक का युग आ, किसी ने कुछ लैके पाता आप विश्वास कर लेने भी नहीं सब तो कुछ होना नहीं। आपदे आप कदे कमजोर ना समझो, जिड्डी तकड़ी कौम अपनी आ उड्डी कोई तकड़ी कौम ना दुनिया कोई होनी ही नहीं, पर आपां रियलाइज़ करन दी लोड़ आ, अपने विश्वास आपदे उपर बनाउण दी लोड़ आ, यदि सोच नूं उपर चकन दी लोड़ आ, एंड इतिहास में वार बार पढ़ने की लोड़ा। महाराजा रणजीत सिंह ने राज किया कल इतने पंजाब के उपर नहीं, बहुत दूर दूर तक राज किया, अपने ही सी उन्होंने राज दे नाल उन्होंने ऐसी एजुकेशन सिस्टम तैयार करता उन्होंने राज दे विच, वो कहते कोई भी बच्चा हो किसी धर्म का हो बच्चे एजुकेशन पहला मिलनी चाहिए आ। वन ऑफ द बेस्ट एजुकेशन सिस्टम इन द वर्ल्ड सीगा महाराजा रणजीत सिंह के समय च। तुसीं यकीन मान लो कि पंजाब का एजुकेशन सिस्टम दुनिया में नंबर वन पर सी जो महाराजा रणजीत सिंह सीगे, ते अज उही पंजाब के बच्चे अपने अपनी यूनिवर्सिटियां खाली पईयां, ते अपने बच्चे अज कहिंदे कि असीं आईलेट करनी आ जी, आप आईलेट नूं एजुकेशन मनी बैठे हाँ। वो एक पढ़ाई नहीं हैगी, उहदी कोई वैल्यू नहीं हैगी आईलेट की, तुहानूं आईलेट के आधार पर किसी ने जॉब नहीं देनी कि तुहाडी आईलेट की आ तो तुहानूं नौकरी मिल जूगी, नहीं, वो तुहाडी एक टिकट तुसीं लै रहे हो, जिवें बस में बैठ के बस की टिकट लैंदे आ ना आपां, अमृतसरों बैठ के लुधियाने जाना, वो टिकट भी वड्डी टिकट आ तुहाडी, इत्थों जहाज चढ़ के तुसीं ऑस्ट्रेलिया उतर जाओगे कनेडा उतर जाओगे, सिर्फ इन्ना ही काम करना, उन्हें टिकट का काम करना। थोड़ी जी एजुकेशन सिस्टम आ जो तुसी ढांचा चेंज करना, जो तुसी हिस्टरी लिखनी आ वो लिखी नहीं जानी, फिर जे आप सारे ही आईलेट कर करके आप बारहवीं तो बाद आईलेट कर लें मुड़ के आप सारी उम्र अनपढ़ रहने, फिर तुसी ढांचा नहीं बदल सकते, जो सिस्टम च फ्लॉ आ जो सिस्टम च कमियां ने वो किमें चेंज करांगे। तुसी आप एक गल होर आप याद रखिए भी जे अपने पुरानी हिस्टरी विच हुण सिंह सभा मूवमेंट चली, गदरी लहर, गदरी बाबे साढ़े कनेडा तो बंदे, कनेडा तो यूएसए तो बंदे आपदे घर बार छड के पंजाब च आ गए सी लड़न वास्ते, वो बंदे आ आपां
ਜਿਹੜੇ ਖੜਦੇ ਆ, ਅੜਦੇ ਆ, ਲੜਦੇ ਆ, ਫਿਰ ਮਰਦੇ ਵੀ ਆ। ਤੇ ਉਹਨਾਂ ਦਾ ਇਤਿਹਾਸ ਆਪਾਂ ਯਾਦ ਕਰ ਰਹੇ ਹਾਂ, ਦੁਹਰਾ ਰਹੇ ਹਾਂ ਸਕੂਲਾਂ ਵਿੱਚ, ਕਿਉਂਕਿ ਉਹਨਾਂ ਨੇ ਕੁਛ ਕੀਤਾ। ਆਪਣੀ ਜਨਰੇਸ਼ਨ ਅੱਜ ਕੱਲ੍ਹ ਦੀ, ਆਪਣਾ ਇਤਿਹਾਸ ਕੀ ਹੋਊਗਾ? ਆਪਣਾ ਇਤਿਹਾਸ ਤਾਂ ਇਹੀ ਹੋਊ ਵੀ ਸਭ ਤੋਂ ਨਿਕੰਮੇ ਬੰਦੇ ਇਹ ਰਹੇ ਆ, 220 ਵਾਲੇ, 210 ਵਾਲੇ, ਜਿਨ੍ਹਾਂ ਨੇ ਪੰਜਾਬ ਦੇ ਵੱਲ ਪਿੱਠ ਕਰ ਲਈ, ਪੰਜਾਬ ਪੜ੍ਹਾਈ ਕੀਤੀ ਨਹੀਂ, ਅਨਪੜ੍ਹ ਰਹਿ ਗਏ, ਕਿਉਂਕਿ ਇਹੀ ਕੁਛ ਹੋ ਰਿਹਾ ਅੱਜ ਕੱਲ੍ਹ। ਬਟ ਬੱਚਿਓ, ਆਪਾਂ ਚੇਂਜ ਕਰਨਾ ਇਹ। ਤੁਸੀਂ ਸਾਊਥ ਵੱਲ ਜਾਓ ਨਾ ਕਦੇ, ਹੁਣ ਮੈਂ ਪਿਛਲੇ ਮਹੀਨੇ ਸਾਰਾ ਇੰਡੀਆ ਘੁੰਮ ਕੇ ਆਇਆ ਲਗਭਗ, ਉੱਥੇ ਵੱਡੇ ਵੱਡੇ ਬੋਰਡ ਲੱਗੇ ਨੇ ਵੀ ਤੁਸੀਂ ਕੋਚਿੰਗ ਕਰੋ IPS ਦੀ, ICS ਦੀ, ਵੱਖਰੇ ਵੱਖਰੇ ਐਗਜ਼ਾਮੀਨੇਸ਼ਨ ਦੀ। ਕੋਈ ਕਹਿੰਦਾ ਨਰਸਿੰਗ ਕਰੋ, ਕੋਈ ਕਹਿੰਦਾ ਕੁਛ ਕਰੋ। ਆਪਣੇ ਪੰਜਾਬ ਵਿੱਚ ਸਿਰਫ ਆਈਲੈਟ ਕਰੋ, ਆਈਲੈਟ ਐਜੂਕੇਸ਼ਨ ਨਹੀਂ ਹੈਗੀ। ਪਰ ਇੱਥੇ ਇਹ ਗੱਲ ਨਾ ਸਮਝੋ ਬਾਹਰ ਨਹੀਂ ਜਾਣਾ, ਚਲੋ ਬਾਹਰ ਜਾਓ ਪਰ ਐਜੂਕੇਸ਼ਨ ਲੈ ਕੇ ਜਾਓ। ਆਪਾਂ ਚੇਂਜ ਕਰਨਾ ਪੁੱਤਰੋ, ਆਪਣਾ ਜੋ ਜੋ ਆਪਣੇ ਨਾਲ ਬੀਤਿਆ ਵਾ, ਆਪਣੇ ਉੱਪਰ ਜੋ ਜ਼ੁਲਮ ਹੋਇਆ, ਉਹ ਕਹਾਣੀ ਤੁਸੀਂ ਲਿਖਣੀ ਆ। ਤੁਹਾਡੇ ਕੋਲ ਪਾਵਰ ਹੋਊਗੀ, ਪਾਵਰ ਤੁਹਾਡੇ ਕੋਲ ਤਾਂ ਆਉਣੀ ਆ ਜੇ ਤੁਸੀਂ ਪੜ੍ਹ ਲਿਖ ਕੇ ਕਿਸੇ ਵੱਡੀ ਪੜ੍ਹਾਈ ਤੁਹਾਡੀ ਕੀਤੀ ਆ, ਤੁਸੀਂ 10 ਸਾਲ ਲਾਏ ਆ, ਕੋਈ ਡਾਕਟਰੇਟ ਕੀਤੀ ਆ, ਤੁਸੀਂ ਟੇਬਲ 'ਤੇ ਬੈਠੇ ਹੋ, ਤੁਸੀਂ ਕਿਸੇ ਕੰਪਨੀ ਦੇ ਮਾਲਕ ਹੋ, ਤੁਹਾਡੇ ਕੋਲ 5-10 ਬੰਦੇ ਹੋਰ ਬੈਠੇ ਆ, ਤਕੜੇ ਬੰਦੇ, ਨਾਮੀ ਬੰਦੇ, ਅਤੇ ਤੁਸੀਂ ਉਹਨਾਂ ਨਾਲ ਬੈਠ ਕੇ ਦੱਸੋਗੇ ਵੀ ਸਾਡੇ ਨਾਲ ਭਾਈ ਮੈਂ ਸਿੱਖ ਹਾਂ, ਸਾਡੇ ਨਾਲ ਆਏ ਹੋ ਚੁੱਕੇ ਆ, ਤਾਂ ਉਹ ਬੰਦਿਆਂ ਤੁਸੀਂ ਨਾਲ ਲੈ ਕੇ ਤੁਰੋਗੇ, ਤੁਹਾਡਾ ਕਾਫਲਾ ਵੱਡਾ ਹੋ, ਤਾਂ ਜਾ ਕੇ ਆਪਣਾ ਹੱਲ ਹੋਣਾ, ਜੋ ਤੁਹਾਡੇ ਇਸ਼ੂਜ਼ ਨੇ ਨਾ ਤਾਂ ਉਹ ਸੋਲਵ ਹੋਣੇ ਆ। ਸੋ ਇਹ ਇਸ਼ੂਜ਼ ਆਪਾਂ ਨੂੰ ਸੋਲਵ ਕਰਨੇ ਪੈਣੇ ਆ, ਤੁਹਾਨੂੰ ਸੋਲਵ ਕਰਨੇ ਪੈਣੇ ਆ ਜੋ ਨਵੀਂ ਜਨਰੇਸ਼ਨ ਆ ਰਹੀ ਆ। ਸੋ ਮੇਰਾ ਮੈਸੇਜ ਤੁਹਾਨੂੰ ਇਹੀ ਆ, ਐਜੂਕੇਸ਼ਨ ਲਓ, ਧਿਆਨ ਦਿਓ ਪੜ੍ਹਾਈ ਵੱਲ। ਤੁਹਾਡੇ ਮਾਂ ਪਿਓ ਤੁਹਾਡੇ 'ਤੇ ਮਿਹਨਤ ਕਰ ਰਹੇ ਨੇ, ਤੁਹਾਡੇ 'ਤੇ ਪੈਸੇ ਲਾ ਰਹੇ ਨੇ, ਤੁਸੀਂ ਉਹਨਾਂ ਦੀ ਇਨਵੈਸਟਮੈਂਟ ਹੋ ਆਪਣੇ ਮਾਂ ਪਿਓ ਦੀ, ਉਹ ਇਨਵੈਸਟਮੈਂਟ ਖਰਾਬ ਨਾ ਹੋਣ ਦਿਓ। ਤੇਰਾ ਤੁਹਾਡੇ ਕੋਲ ਸਮਾਂ ਅੱਜ ਹੈ, ਇਹ ਦੁਬਾਰਾ ਮੁੜ ਕੇ ਨਹੀਂ ਆਉਣਾ। ਜਿੰਨੀ ਮਰਜ਼ੀ ਤੁਸੀਂ ਮਲੱਖ ਕੋਸ਼ਿਸ਼ ਕਰ ਲਿਓ, ਤੁਸੀਂ ਮੁੜ ਕੇ ਦੁਬਾਰਾ ਇਹ ਸਮਾਂ ਨਹੀਂ ਲੈ ਕੇ ਆ ਸਕਦੇ ਜੋ ਸਮਾਂ ਲੰਘ ਗਿਆ। ਅੱਜ ਤੁਹਾਡੇ ਕੋਲ ਸਮਾਂ ਹੈ, ਜੇ ਤੁਸੀਂ ਹਲੇ ਵੀ ਪੜ੍ਹਾਈ ਵੱਲ ਧਿਆਨ ਨਹੀਂ ਦੇ ਰਹੇ, ਡੁੱਲੇ ਬੇਰਾਂ ਦਾ ਕਹਿੰਦੇ ਕੁਛ ਨਹੀਂ ਵਿਗੜਦਾ, ਅੱਜ ਵੀ ਤੁਸੀਂ ਤਿਆਰ ਹੋ ਕੇ ਪੜ੍ਹਾਈ ਵੱਲ ਧਿਆਨ ਦੇਵੋ। ਗੁਰਮਤਿ ਦੀ ਪੜ੍ਹਾਈ ਦੇ ਨਾਲ ਨਾਲ ਬਾਣੇ ਵਿੱਚ ਵੀ ਰਹਿਣਾ, ਆਪਦੇ ਜੜ੍ਹਾਂ ਨਾਲ ਵੀ ਜੁੜ ਕੇ ਰਹਿਣਾ, ਅਤੇ ਨਾਲ ਦੇ ਨਾਲ ਜਿਹੜੀ ਦੁਨਿਆਵੀ ਵਿੱਦਿਆ ਉਹਦੇ ਵਿੱਚ ਆਪਾਂ ਅੱਗੇ ਵਧਣਾ ਪੁੱਤਰੋ। ਪਤਾ ਲੱਗੇ ਕੱਲ੍ਹ ਨੂੰ ਖਬਰਾਂ ਆਉਣ ਵੀ ਆ, ਦੇਖੋ ਜੀ ਪੰਜਾਬ ਦੇ 25 ਨੌਜਵਾਨ USA ਦੀ ਵੱਡੀ ਕੰਪਨੀ ਚੱਕ ਕੇ ਲੈ ਗਈ ਆ, ਉਹਨਾਂ ਨੂੰ ਲੱਖਾਂ ਦੀਆਂ ਕਰੋੜਾਂ ਦੀਆਂ ਨੌਕਰੀਆਂ ਮਿਲੀਆਂ। ਇਹ ਹੋ ਰਿਹਾ, ਇਹ ਪਟਨੇ ਵਿੱਚੋਂ ਬਿਹਾਰੀ ਬੰਦੇ ਜੋ ਆਪਣੇ ਪੰਜਾਬ 'ਚ ਖੇਤਾਂ 'ਚ ਕੰਮ ਕਰਨ ਆਉਂਦੇ ਸੀ, ਉਹਨਾਂ ਦੇ ਬੱਚਿਆਂ ਨੂੰ ਸਿੱਧੀਆਂ USA ਨੌਕਰੀਆਂ ਮਿਲਣ ਲੱਗ ਗਈਆਂ, ਕਿਉਂਕਿ ਉਹ ਮਿਹਨਤ ਕਰ ਰਹੇ ਨੇ। ਆਪਣੇ ਬੱਚੇ ਬਾਹਰ ਜਾ ਰਹੇ ਨੇ, ਆਪਣੇ ਪੰਜਾਬ ਦੇ ਸਕੂਲੀ ਟੀਚਰ ਹਿਮਾਚਲ ਤੋਂ ਆ ਰਹੇ ਨੇ, ਹਿੰਦੀ ਟੀਚਰ ਪ੍ਰਿੰਸੀਪਲ ਕੇਰਲਾ ਤੋਂ ਆ ਰਹੇ ਨੇ ਆਪਣੇ ਪੰਜਾਬ 'ਚ, ਕਿਉਂਕਿ ਤੁਸੀਂ ਪੜ੍ਹ ਨਹੀਂ ਰਹੇ, ਤੁਸੀਂ ਤੁਹਾਡੇ ਵੱਡੇ ਬੰਦੇ ਨਿਕਲ ਕੇ ਬਾਹਰ 12ਵੀਂ ਕਰਕੇ ਉਹ ਕਾਲਜ ਨਹੀਂ ਗਏ, ਯੂਨੀਵਰਸਿਟੀਆਂ ਖਾਲੀ ਹੋਣ ਲੱਗ ਗਈਆਂ। ਜੇ ਇਹੀ ਹਾਲ ਰਿਹਾ, ਯੂਨੀਵਰਸਿਟੀਆਂ ਟੀਚਰ ਵੀ ਰਹਿਣੇ ਮੁੜ ਕੇ, ਹਾਲੇ ਤਾਂ ਟਾਈਮ ਹੈ ਆਪਣੇ ਕੋਲ, ਯੂਨੀਵਰਸਿਟੀਆਂ ਵਿੱਚ ਟੀਚਰ ਹੈਗੇ ਨੇ, ਯੂਨੀਵਰਸਿਟੀਆਂ ਚੱਲਦੀਆਂ। ਜੇ ਤੁਹਾਡੇ ਹਾਲਾਤ ਇਹੀ ਰਹੇ, 5-7 ਸਾਲ ਤੋਂ ਬਾਅਦ ਯੂਨੀਵਰਸਿਟੀਆਂ ਬੰਦ ਹੋ ਜਾਣੀਆਂ, ਫਿਰ ਜੇ ਟਾਵੇਂ ਟੱਲੇ ਬੱਚੇ ਨੇ ਪੜ੍ਹਨੀ ਹੋਊ ਪੜ੍ਹਾਈ, ਤਾਂ ਉਹਨੂੰ ਪੰਜਾਬ ਤੋਂ ਬਾਹਰ ਜਾਣਾ ਪਿਆ ਗੁਰੂ ਕਾਲਜ ਵਾਸਤੇ, ਕਿਉਂਕਿ ਇੱਥੇ ਤਾਂ ਕਾਲਜ ਤਾਂ ਬੰਦ ਹੋ ਜਾਣੇ ਆ। ਜੇ ਕਾਲਜ ਵਿੱਚ ਬੱਚੇ ਗਏ ਹੀ ਨਾ, ਤਾਂ ਕਾਲਜ ਕਿੱਥੋਂ ਅਫੋਰਡ ਕਰੂ ਬਿਲਡਿੰਗ ਦੇ ਖਰਚੇ? ਸੋ ਇਹਦੇ ਵੱਲ ਧਿਆਨ ਦੇਣ ਦੀ ਲੋੜ ਆ ਬੱਚਿਓ, ਇਹ ਚੇਂਜ ਆਪਾਂ ਲੈ ਕੇ ਆਉਣੀ ਆ। ਇੱਕ ਕੰਮ ਹੁੰਦਾ ਆਪਦੇ ਵਾਸਤੇ ਕਰਨਾ, ਇੱਕ ਕੰਮ ਹੁੰਦਾ ਆਪਾਂ ਪੰਥ ਵਾਸਤੇ ਕਰਨਾ। ਜਿੰਨਾ ਤੁਸੀਂ ਸਿੱਖ ਧਰਮ ਦਾ ਇਤਿਹਾਸ ਪੜ੍ਹੋਗੇ, ਕਿਤੇ ਵੀ ਨਹੀਂ ਤੁਹਾਨੂੰ ਮਿਲੂਗਾ ਵੀ ਬੰਦੇ ਨੇ ਆਪਦੇ ਵਾਸਤੇ ਕੁਛ ਕੀਤਾ। ਆਪਣੇ ਗੁਰੂ ਤੋਂ ਲੈ ਕੇ, ਆਪਣੇ ਸਿੱਖਾਂ ਤੋਂ ਲੈ ਕੇ, ਆਪਣੇ ਸ਼ਹੀਦਾਂ ਤੋਂ ਲੈ ਕੇ, ਜਿੰਨਾ ਸਿੱਖਾਂ ਦਾ ਇਤਿਹਾਸ ਆ, ਉਹਦੇ ਵਿੱਚ ਸਿਰਫ ਆਪਾਂ ਆਪਦੇ ਆਪ ਨੂੰ ਵਾਰਿਆ ਵਾ। ਇਹ ਨਵਾਂ ਇਤਿਹਾਸ ਆਪਣੇ ਅੱਜ ਦੀ ਪਨੀਰੀ ਦਾ ਵੀ ਆਪਾਂ ਆਪਦੇ ਖਾਤਰ, ਆਪਦੇ ਪਰਿਵਾਰ ਦੇ ਖਾਤਰ, ਆਪਦੀ ਕੌਮ ਨੂੰ ਪਿੱਠ ਦਿਖਾ ਕੇ, ਆਪਾਂ ਪੈਸੇ ਇਕੱਠੇ ਕਰਨ ਦੇ ਪਿੱਛੇ, ਆਪਾਂ ਡਾਲਰਾਂ ਦੇ ਪਿੱਛੇ ਅੰਨੇ ਹੋਏ ਫਿਰਦੇ ਹਾਂ, ਕੁੜੀਆਂ ਵੀ ਵੇਚ ਰਹੇ ਹਾਂ, ਪਤਾ ਨਹੀਂ ਕੀ ਕੀ ਕਰਨ ਲੱਗ ਗਏ ਆਪਾਂ। ਜੋ ਆਪਣੇ
वैल्यू सीगियां अपनियां परंपरावां सीगियां उह चाके साइड ते खुंजे ते रखियां होईयां आपां। सो पुत्रो कदे भी आपदे आप नूं कमजोर ना समझो, बड़ी तकड़ी कौम आ, बड़ा तकड़ा इतिहास आ, आपां अगे वधना। जिहड़ी चेंज सिस्टम च प्रॉब्लम बहुत ने अपने च, पर प्रॉब्लम जे तुसीं भी सारे भज गए, मैं भी भज गए बाहर, तां प्रॉब्लम तां उत्थे रहणगियां ना। जो कोई प्रॉब्लम हैगी उहनूं ठीक करना पैंदा हुंदा, हुण तुहानूं कोई बीमारी लग जावे, तुसीं हॉस्पिटल जावो ना, घर बैठे रहो, बीमारी वड्डी होगी ना, कोई सट लग जाए, फोड़ा हो जाए, वड्डा जख्म वधन लग जाए, उहदी इनफेक्शन हो जाणी आ, जे नहीं ट्रीट किया लत्त वड्डनी पऊगी, फिर ना ट्रीट किया सारी बॉडी जहर फैल जू, फिर बंदा मरी जाता। ये पंजाब दी प्रॉब्लम अपनियां प्रॉब्लम ने, आपां नूं सॉल्व करनियां पैणियां। ये प्रॉब्लम पैठ दिखावांगे तां पंजाब दा नुकसान होर होना। सो इन्नियां ही बेनतियां इत्थे। अच्छा, एक गल ना समझो भी पढ़ाई भी आपां बाहर नहीं जाना, बाहर जाओ, पर पुत्रो बारहवीं तो बाद कॉलेज जाना, आपां डिग्री लैनी आ, आपां होर स्किल भी इकट्ठे करने आ। अपने बच्चे नूं कल्ली कल्ली चीज़ आउंदी होवे, गुरु गोबिंद सिंह महाराज का इतिहास पढ़ लिए ना, महाराज तीर भी चला लेंदे सी, घोड़े भी महाराज भजाउंदे सी, महाराज दे कृपान दा वार ऐसा वार करदे सी, बंदे नूं इक मिंट च झटका दिंदे सी, बैरी नूं एक मिंट विच कृपान मारदे सी, एक पहले वार दे विच ही बंदा ढेरी कर दिंदे सी। ओह गुरु गोबिंद सिंह दे बच्चे आ आपां, जिन्हां नूं मल्टीपल लैंग्वेज उन्नू आउंदे सी, कई लैंग्वेज दे माहर सी, जफरनामा लिखिया बंदा पढ़ के मर गया। वो गुरु साहब के बच्चे हाँ आप पुत्र हम पढ़ाई वाल ध्यान देना। अपने महाराज ने पढ़ाई की आ, सिंघां नूं पढ़ाई करने वास्ते तोरिया, बाबा दीप सिंह जी गुरु साहब जी को आ गए, गुरु साहब ने बाबा दीप सिंह नूं सारा कुछ सिखाया, घोड़ सवारी भी सिखाई, उन्होंने जंग लड़नी भी सिखाई, शस्त्र चलाने भी सिखाए, तो फिर उन्होंने लैंगुएजेस भाषावां सिखाइया। फिर बाबा दीप सिंह ने बाणी पढ़नी सीखी, बाणी पढ़ी पढ़ाई, उन्होंने बहुत साल टीचर बन गए, बाणी पढ़ाने के टीचर बन गए। सो सारा कुछ अपने इतिहास च पिया पुत्र, आपने बंदियां वांगू बनना, ना कि आप जो कोई होर गवांढ ने कर लिया आप गवांढी पिछे लग जाइए, ठीक है ना। सो आपदे आप नूं स्ट्रोंग करना, आपदी कौम नूं स्ट्रोंग करना, जब कौम स्ट्रोंग होगी तो तुहाडा परिवार ऑटोमैटिकली स्ट्रोंग हो जाना। तो आप जी अपनी जनरेशन का इस टाइम हिस्टरी बन रही है अपनी, भी ये निकम्मे बंदे आ, अपनी हिस्टरी इस टाइम ये बन रही आ, 220-230 वाली बैच की, भी ये तो सिर्फ पिट दिखाई है कौम, आप बच्चे नहीं बनना। आप पढ़ाई करनी आ, आप अपनी यूनिवर्सिटियाँ फिर पढ़नी पर फुल करनिया ने, अगे वगू फुल कर देने, सीटा ना मिले कर। सो बीटेक करो, मास्टर्स करो, डॉक्टरेट डिग्रियां करो, वो करन तो बाद तुसी बाहर जावोगे, उत्थे जाके किसी वड्डी पोजिशन ते बैठे होवोगे, फिर तुसी पंजाब दी गल भी कर सकते हो, तुहाडी जेब च चार पैसे वध भी होणगे, तां तुसी लोकां दी मदद भी कर सकोगे, जे तुहाडे पिंड विच कोई प्रॉब्लम हो तुसी उहदे वास्ते पैसे भेज सकोगे। पर जे तुसी कनेडा जाके भुख नंग नाल घुलदे होवोगे, बर्गरां दे बर्गर बना बना के बेचते होवोगे, तो तुहानूं उत्थे आपदा टब्बर पालना औखा हो जाणा, तुसी कौम दी सहारता कित्थे लैणी आ। सो इन्नियां बेनतियां सी, मैं भाई साहब का धन्यवाद करदा जिन्होंने बड़ा वधिया स्कूल तुसी चला रहे हो, जो सिख मत दे स्कूल बड़े घट ने, पर महाराज कृपा करन तुहानूं आई बल बख्शण, वध चढ़ के होर बच्चे की सेवा करिए, बड़ी तकड़ी सेवा करिए सेवा स्कूल की। सो महाराज बल बख्शण, आप होर कौम के बच्चे पढ़ाईए। वाहिगुरू जी का खालसा, वाहिगुरू जी की फतेह।